ਭਾਅ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ, ਤੁਹਾਨੂੰ ਲੱਗਦਾ ਕਿਸਾਨ ਜਿਹੜੇ ਨੇ ਕਰਜ਼ਾ ਮਾਫ਼ੀ ਸਕੀਮ ਦੀ ਕੈਪਟਨ ਸਾਹਿਬ ਨੇ ਜਿਹੜੀ ਹੈ ਦੋ ਕਿਸ਼ਤਾਂ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ, ਤੀਜੀ ਕਿਸ਼ਤ ਵਾਲੇ ਜਾਰੀ ਹੋਣੀ ਹੈ, ਇਸ ਤਰੀਕੇ ਨਾਲ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਇੱਥੇ ਦਫ਼ਤਰ ਦੇ ਵਿੱਚ ਮੀਟਿੰਗ ਹੋਈ ਆ ਜੀ। ਅਹਿਮ ਮੁੱਦੇ ਵਿਚਾਰੇ ਗਏ ਨੇ, ਜਿਹੜੇ ਸਰਕਾਰਾਂ ਦੇ ਧੱਕੇ ਆ ਉਹ ਵਿਚਾਰੇ ਗਏ ਨੇ। ਜਿਹੜਾ ਸਾਡੇ ਨਾਲ ਵੱਡਾ ਧੱਕਾ ਆਮ ਜਨਤਾ ਨਾਲ ਵੀ ਹੋ ਰਿਹਾ ਅਤੇ ਕਿਸਾਨਾਂ ਨਾਲ ਵੀ ਹੋ ਰਿਹਾ, ਡੀਜ਼ਲ ਅਤੇ ਪੈਟਰੋਲ। ਅਸੀਂ ਚੰਡੀਗੜ੍ਹ ਨੂੰ 4 ਰੁਪਏ ਡੀਜ਼ਲ ਮਹਿੰਗਾ ਲੈ ਕੇ ਇੱਥੇ ਫੂਕਿਆ, ਇੱਥੇ ਅਸੀਂ ਹਜ਼ਾਰਾਂ ਲੱਖਾਂ ਲੀਟਰ ਸਾਡਾ ਸੀਜ਼ਨ ਲੰਘ ਗਿਆ। ਅਸੀਂ ਬੜੀਆਂ ਮਿਹਨਤਾਂ ਕੀਤੀਆਂ ਵੀ ਘਟਾ ਦਿਉ, ਲੱਖਾਂ ਕਰੋੜਾਂ ਰੁਪਈਆ ਸਰਕਾਰ ਨੇ ਸਾਡੀ ਜੇਬਾਂ ਦੇ ਵਿੱਚੋਂ ਕੱਢ ਲਿਆ ਅਤੇ ਪੈਟਰੋਲ ਅਸੀਂ ਰੋਜ਼ ਮਹਿੰਗਾ ਆਮ ਨਾਗਰਿਕ ਦੇ ਸਿਰ 'ਤੇ ਭਾਰ ਪਾਇਆ ਹੋਇਆ। ਅਸੀਂ ਉਹਦੇ ਲਈ 17 ਤਰੀਕ ਨੂੰ ਦਿਨ ਸੋਮਵਾਰ ਨੂੰ ਸਾਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੂਹਰੇ ਧਰਨੇ ਦੇ ਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਵੀ ਸਾਡਾ ਇਹ ਡੀਜ਼ਲ ਅਤੇ ਪੈਟਰੋਲ ਜਿਹੜੀਆਂ ਆਮ ਸਟੇਟਾਂ ਸਾਰੀਆਂ ਸਟੇਟਾਂ ਨੂੰ ਮਹਿੰਗਾ ਉਹਨਾਂ ਦੇ ਬਰਾਬਰ ਕਰ ਦਿਉ, ਚੰਡੀਗੜ੍ਹ ਦੇ ਬਰਾਬਰ ਕਰ ਦਿਉ। ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਹੋਰ ਵੱਡਾ ਸੰਘਰਸ਼ ਕਰਾਂਗੇ। ਜੇ ਸਾਡੀ ਨਾ ਮੰਗ ਮੰਨੀ ਗਈ ਤਾਂ ਅਸੀਂ ਮਾਰਚ ਦੇ ਵਿੱਚ ਇਹਨਾਂ ਦੇ ਸਾਰੇ ਡਿਪੂ ਵੀ ਬੰਦ ਕਰਾਂਗੇ, ਪੱਕੇ ਤੌਰ 'ਤੇ ਧਰਨੇ ਲਾ ਦੇਵਾਂਗੇ, ਡੀਜ਼ਲ ਦੀ ਸਪਲਾਈ ਅਤੇ ਪੈਟਰੋਲ ਦੀ ਸਪਲਾਈ ਵੀ ਰੋਕ ਦੇਵਾਂਗੇ। ਦੂਜੀ ਸਿਰ ਸਾਡੀ ਮੰਗ ਆ ਜਿਹੜੀ ਕਰਜ਼ੇ, ਪੰਜਾਬ ਸਰਕਾਰ ਨੇ ਵੱਡਾ ਵਾਅਦਾ ਕੀਤਾ ਸੀ ਵੀ ਸਾਰੇ ਕਰਜ਼ਾ ਸਮੁੱਚੇ ਕਰਜ਼ੇ 'ਤੇ ਲਕੀਰ ਫੇਰੀ ਜਾਊ, ਸਹੁਆਂ ਖਾਧੀਆਂ ਗਈਆਂ ਸੀ ਪਰ ਕੋਈ ਸਾਡੇ ਕਰਜ਼ੇ ਮਾਫ਼ ਨਹੀਂ ਹੋਏ। ਕਿਸੇ ਦਾ 20,000 ਹੋ ਜਾਂਦਾ, ਕਿਸੇ ਦਾ 30,000 ਹੋ ਜਾਂਦਾ, ਸਾਨੂੰ ਮਨਜ਼ੂਰ ਨਹੀਂ। ਅਸੀਂ ਇਹੀ ਮੰਗ ਕਰਦੇ ਹਾਂ ਜਿਵੇਂ ਸਹੁਆਂ ਖਾਧੀਆਂ ਸੀ ਸਮੁੱਚਾ ਕਰਜ਼ਾ, ਭਾਵੇਂ ਆੜ੍ਹਤੀਆਂ ਦਾ ਕਰਜ਼ਾ, ਭਾਵੇਂ ਬੈਂਕਾਂ ਦਾ ਕਰਜ਼ਾ, ਕੋਆਪਰੇਟਿਵ ਦਾ ਕਰਜ਼ਾ ਜਾਂ ਪ੍ਰਾਈਵੇਟ ਬੈਂਕਾਂ ਦਾ ਕਰਜ਼ਾ, ਸਮੁੱਚਾ ਕਰਜ਼ਾ ਅਸੀਂ ਮਾਫ਼ ਕਰਵਾਉਣਾ। ਤੁਸੀਂ ਧਰਨਾ ਵੀ ਲਾਉਣ ਜਾ ਰਹੇ ਜੀ ਡੀਸੀ ਦਫ਼ਤਰਾਂ ਦੇ ਬਾਹਰ, ਉਹ ਕਿਸ ਵਜ੍ਹਾ ਕਾਰਨ ਧਰਨਾ ਜਿਹੜਾ ਦੇਣ ਜਾ ਰਹੇ ਹੋ? ਸਾਰੇ ਇੰਡੀਆ ਦੇ ਵਿੱਚੋਂ ਪੰਜਾਬ ਦੇ ਵਿੱਚ ਡੀਜ਼ਲ ਅਤੇ ਪੈਟਰੋਲ ਮਹਿੰਗਾ, ਚੰਡੀਗੜ੍ਹ 'ਚ ਵੀ 4 ਰੁਪਏ ਡੀਜ਼ਲ ਸਸਤਾ ਅਤੇ 9 ਰੁਪਏ ਪੈਟਰੋਲ ਸਸਤਾ, ਹਰਿਆਣੇ ਦੇ ਵਿੱਚ 2.5 ਰੁਪਏ ਡੀਜ਼ਲ ਸਸਤਾ ਅਤੇ 5-6 ਰੁਪਏ ਪੈਟਰੋਲ ਸਸਤਾ, ਪਰ ਪੰਜਾਬ ਨਾਲ ਬੇਇਨਸਾਫੀ ਕਿਉਂ? ਅਸੀਂ ਪੰਜਾਬ ਸਰਕਾਰ ਖਿਲਾਫ ਇਹੀ ਧਰਨਾ ਲਾਉਣ ਜਾ ਰਹੇ ਹਾਂ ਵੀ ਪੰਜਾਬ 'ਚ ਵੀ ਸਾਡਾ ਡੀਜ਼ਲ ਅਤੇ ਪੈਟਰੋਲ ਉਹਨਾਂ ਬਰਾਬਰ ਸਟੇਟਾਂ ਦੇ ਕੀਤਾ ਜਾਵੇ। ਗੰਨੇ ਦੀ ਅਦਾਇਗੀ 'ਚ ਅਸੀਂ ਬੜਾ ਵੱਡਾ ਧਰਨਾ ਲਗਾਇਆ ਸੀ, ਸਾਡੀ ਜਥੇਬੰਦੀ ਵੀ ਵਿੱਚ ਸ਼ਾਮਲ ਸੀ। ਉਹਦੇ ਵਿੱਚ ਸਾਡੇ ਨਾਲ ਵਾਅਦਾ ਹੋਇਆ ਕਿ 15 ਜਨਵਰੀ ਤੱਕ ਸਾਰੀ ਪੇਮੈਂਟ ਕੰਪਲੀਟ ਤੁਹਾਡੀ ਦੇ ਦਿੱਤੀ ਜਾਊਗੀ, ਇੱਕ ਕਿਸ਼ਤ ਆਹੀ ਹਫ਼ਤੇ ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ। ਅਸੀਂ ਦੇਖ ਰਹੇ ਹਾਂ ਉਹ ਇਹਨਾਂ ਨੇ ਵਾਅਦੇ ਦੇ ਮੁਤਾਬਕ ਕੀ ਪਾਉਂਦੇ ਆ ਕਿ ਨਹੀਂ ਪਾਉਂਦੇ। ਅਸੀਂ ਇਹ ਮੰਗ ਕਰਦੇ ਹਾਂ ਵੀ 15 ਜਨਵਰੀ ਤੱਕ ਚਲੋ ਵਾਅਦਾ ਕਰ ਲਿਆ, ਅਸੀਂ ਵੇਟ ਕਰਾਂਗੇ, ਸਾਰੀ ਪੇਮੈਂਟ ਸਾਡੀ ਦੇ ਦਿੱਤੀ ਜਾਵੇ। ਪਰ ਹੁਣ ਦੁਬਾਰਾ ਮਿੱਲਾਂ ਚੱਲ ਪਈਆਂ ਨੇ, ਉਹਦੀ ਵੀ ਪੇਮੈਂਟ ਸਾਨੂੰ ਨਾਲ ਦੀ ਨਾਲ 15 ਦਿਨਾਂ ਦੇ ਵਿੱਚ ਦਿੱਤੀ ਜਾਵੇ ਅਤੇ ਪਿਛਲੀ ਰਕਮ 'ਤੇ ਤਾਂ ਸਾਨੂੰ ਜਿਹੜਾ ਵਿਆਜ ਵੀ ਸਾਨੂੰ ਦਿੱਤਾ ਜਾਵੇ, ਇਹ ਅਸੀਂ ਮੰਗ ਕਰਦੇ ਹਾਂ। ਨਾ ਦਿੱਤੀ ਗਈ ਕਿਸ਼ਤ ਜੇਕਰ 2 ਪੜਾਅ ਜਾਂ 3 ਪੜਾਅ 'ਚ ਦਿੱਤੀ ਗਈ ਫਿਰ ਕਿਸ ਤਰੀਕੇ ਦਾ ਸੰਘਰਸ਼? ਕੋਈ ਗੱਲ ਨਹੀਂ, ਅਸੀਂ ਸੰਘਰਸ਼ ਤਾਂ ਜਾਰੀ ਆ, ਅੱਗੇ ਇਲੈਕਸ਼ਨਾਂ ਵੀ ਆ ਰਹੀਆਂ ਨੇ ਅਤੇ ਇਲੈਕਸ਼ਨਾਂ 'ਚ ਵੀ ਸਬਕ ਸਿਖਾਵਾਂਗੇ ਇਹਨਾਂ ਨੂੰ।